ਬਾਕੀ ਤਾਂ ਬਹੁਤ ਕੁਛ ਸਾਰਿਆਂ ਨੇ ਕਹਿ ਲਿਆ ਹੈਗਾ, ਮੈਂ ਥੋੜ੍ਹਾ ਜਿਹਾ ਡਿਫਰੈਂਟ ਵੱਲ ਨੂੰ ਜਾਵਾਂਗਾ ਕਿ ਲਾਈਫ ਦੇ ਵਿੱਚ ਕਈ ਪ੍ਰੋਬਲਮ, ਕਈ ਕੁਛ, ਲਾਈਫ ਬਹੁਤ ਹੀ ਔਖੀ ਹੈ ਔਰ ਇਹਦੇ ਬਾਰੇ ਵੱਡੇ ਵੱਡੇ ਸੇਂਟ ਵੀ ਕਈ ਵਾਰੀ ਨਹੀਂ ਤੱਤ ਕਹਿ ਸਕਦੇ, ਅਤੇ ਉਹਦੇ 'ਚ ਲੋਕ ਅੱਜ ਕੱਲ੍ਹ ਵੀ ਬੜਾ ਉਹਦਾ ਰਿਜ਼ਲਟ ਸਾਰੇ ਤਾਂ ਕੱਢ ਕੱਢ ਕੇ ਆਪਣਾ ਭੇਜਦੇ, ਇੱਕ ਰਿਜ਼ਲਟ ਆਇਆ ਮੈਨੂੰ ਅੱਛਾ ਲੱਗਿਆ, ਮੈਂ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ। ਕਹਿੰਦਾ ਹੁਣ ਜਿਵੇਂ ਸਾਰੇ ਅਸੀਂ ਇੱਥੇ ਆਏ ਹਾਂ, 90% ਠੀਕ ਹੋਏਗਾ ਲੇਕਿਨ 10% ਤੁਸੀਂ ਨਹੀਂ ਬਦਲ ਸਕਦੇ, ਕਈ ਵਾਰੀ 10% ਕਰਕੇ ਹੀ ਪਰੇਸ਼ਾਨੀ ਚਾ ਬੰਦਾ। ਤੋ ਇਹਦੇ 'ਚ ਮੈਸੇਜ ਆਇਆ ਕਿ ਚੇਂਜ ਦੀ ਚੇਂਜੇਬਲ, ਅਗਰ ਕੋਈ ਪ੍ਰੋਬਲਮ ਹੈ ਜੋ ਬਦਲਿਆ ਜਾ ਸਕਦਾ ਉਹਨੂੰ ਬਦਲ ਦਿਓ, ਜੋ ਬਦਲਿਆ ਜਾ ਸਕਦਾ ਉਹਨੂੰ ਬਦਲ ਦਿਓ, ਔਰ ਜੋ ਬਿਲਕੁਲ ਨਹੀਂ ਬਦਲ ਸਕਦੇ ਕਹਿੰਦਾ ਉਸ ਨੂੰ ਅਕਸੈਪਟ ਕਰ ਲਓ, ਜਾਣੀ ਕਿ ਉਹਨੂੰ ਮੰਨ ਲਓ ਕਿ ਇਹ ਤਾਂ ਹੁਣ ਹੈ ਹੀ ਹੈ। ਇਹਦੇ 'ਚ ਜਿਵੇਂ ਬੁਢਾਪਾ ਵੀ ਆ ਰਿਹਾ, ਨੋ ਆਈ ਹੈਵ ਟੂ ਅਕਸੈਪਟ, ਮੈਨੂੰ ਬਹੁਤ ਕੁਛ ਭੁੱਲ ਜਾਂਦਾ ਮੈਂ, ਅਤੇ ਹਾਲੇ ਮੈਂ ਬੁੱਢਾ ਹੋ ਰਿਹਾ ਹੁਣ ਮੈਂ, ਅਤੇ ਕਦੇ ਕਦੇ ਭੁੱਲ ਜਾਈਦਾ ਦੌੜਨ ਲੱਗੇ। ਸੋ ਅਕਸੈਪਟ, ਕਿਉਂਕਿ ਇਹ ਚੇਂਜ ਨਹੀਂ ਹੋ ਸਕਦਾ। ਫਿਰ ਕਹਿੰਦਾ ਔਰ ਜੋ ਬਿਲਕੁਲ ਅਕਸੈਪਟ ਨਹੀਂ ਕਰ ਸਕਦੇ, ਬਹੁਤ ਮੁਸ਼ਕਿਲ ਹੈ ਅਕਸੈਪਟ ਨਹੀਂ ਕਰ ਸਕਦੇ, ਤਾਂ ਫਿਰ ਉਹਨੂੰ ਕਹਿੰਦਾ ਕਿ ਉਹਦੇ ਤੋਂ ਆਪਣੇ ਆਪ ਨੂੰ ਰਿਮੂਵ ਕਰ ਲਓ, ਯਾਨੀ ਕਿ ਆਪਣੇ ਆਪ ਨੂੰ ਉੱਥੋਂ ਪਰਾਂ ਕਰ ਲਓ। ਜੈਸੇ ਕਿਸੇ ਦੀ ਨੇਚਰ ਅੱਛੀ ਨਹੀਂ ਲੱਗਦੀ, ਕਈ ਵਾਰੀ ਇੱਥੇ ਤਾਸ਼ ਖੇਡਦੇ ਹੋਏ ਵੀ ਦੇਖਿਆ ਹੈਗਾ, ਹਰੇਕ ਦੀ ਤਾਲਮੇਲ ਨਹੀਂ ਮਿਲਦੀ ਹੈਗੀ ਹਰੇਕ ਨਾਲ, ਤਾਂ ਠੀਕ ਹੈ ਕਹਿੰਦਾ ਵੀ ਉੱਥੋਂ ਤੁਸੀਂ ਆਪਣੇ ਆਪ ਨੂੰ, ਯਾਨੀ ਕਿ ਜੋ ਚੇਂਜ ਨਹੀਂ ਕਰ ਸਕਦੇ ਆਪਣੇ ਆਪ ਨੂੰ ਚੇਂਜ ਕਰ। ਦੈਟ ਦੀ ਮੈਸੇਜ, ਐਂਡ ਆਈ ਥਿੰਕ ਮੈਨੂੰ ਤਾਂ ਬਹੁਤ ਅੱਛਾ ਲੱਗਿਆ, ਮੈਂ 40-45 ਸਾਲ 'ਚ ਆਈ ਸੇ ਦਿਸ ਇਜ਼ ਵਨ ਆਫ ਦੀ ਬੈਸਟ ਮੈਸੇਜ ਆਇਆ। ਔਰ ਇੱਕ ਮੈਂ ਜੋਕ ਸੁਣਾਵਾਂਗਾ, ਜੋ ਮਾਡਰਨ ਜ਼ਮਾਨਾ ਚੱਲ ਰਿਹਾ, ਜਦੋਂ ਮੈਂ ਵੀ ਪੈਦਾ ਹੋਇਆ ਲੇਕਿਨ ਉਦੋਂ ਫੋਨ ਵੀ ਨਹੀਂ ਸੀ ਸਾਰੇ ਘਰਾਂ ਦੇ ਵਿੱਚ, ਫਿਰ ਤਾਂ ਕੀ ਕੁਛ ਆ ਗਿਆ, ਫਿਰ STD ਆ ਗਈ, ਤਾਂ ਸਾਰੀ ਦੁਨੀਆ 'ਚ ਫੋਨ ਕਰ ਲੈਂਦੇ ਸੀ। ਹੁਣ ਜਿਹੜਾ ਵਟਸਐਪ ਹੈ, ਮੋਬਾਈਲ ਹੈ, ਔਰ ਮੇਰਾ ਪੋਤਰਾ ਮੈਂ ਦੇਖ ਰਿਹਾ ਉਹ ਜ਼ਿਆਦਾ ਉਸ 'ਤੇ, ਜਿਹੜਾ ਕੀ ਹੈਗਾ ਛੋਟਾ, ਉਸ 'ਤੇ ਜ਼ਿਆਦਾ ਖੇਡ ਲੈਂਦਾ, ਮੈਨੂੰ ਨਹੀਂ ਆਉਂਦਾ ਹੈਗਾ। ਤਾਂ ਇੱਦਾਂ ਇੱਕ ਜੋਕ ਹੈ, ਇੱਕ ਬੱਚਾ ਪੱਪੂ ਦੇ ਘਰ ਮੁੰਡਾ ਪੈਦਾ ਹੋਇਆ, ਤਾਂ ਨਰਸ ਨੂੰ ਕਹਿੰਦਾ ਕਿ ਮੋਬਾਈਲ ਹੈਗਾ ਤੁਹਾਡਾ, ਉਹਨੂੰ ਪੁੱਛਦਾ ਮੋਬਾਈਲ ਹੈਗਾ, ਉਹ ਦੇਖਦੇ ਇੱਕਦਮ ਹੈ, ਪੈਦਾ ਹੋਣੇ ਹੋਇਆ ਇਹ ਕੀ ਕਰਨਾ, ਕਹਿੰਦਾ ਕਹਿੰਦਾ ਤੂੰ ਕੀ ਕਰਨਾ ਮੋਬਾਈਲ, ਉਹ ਹੱਸ ਪਈ, ਕਹਿੰਦਾ ਨਹੀਂ ਹੋਰ ਕੁਛ ਨਹੀਂ, ਮੈਂ ਰੱਬ ਨੂੰ ਫੋਨ ਕਰਨਾ ਸੀਗਾ ਕਿ ਮੈਂ ਤਾਂ ਆ ਗਿਆ ਹੈਗਾ, ਲੈਂਡ ਕਰ ਗਿਆ ਹੈਗਾ, ਅਤੇ ਮੇਰੇ ਵਾਲੀ ਨੂੰ ਭੇਜ ਦੇ, ਮੈਂ ਚੈਟ ਕਰਨੀ ਹੈ, ਇੰਨੇ ਪਾਰਟਨਰ ਵੀ ਭੇਜ ਦੇ। ਤਾਂ ਮਤਲਬ ਯਾਨੀ ਕਿ ਬੱਚੇ ਜੋ ਹੈ ਜੀਨ ਦੇ ਵਿੱਚ ਇਫੈਕਟ ਆਉਂਦਾ ਹੈ, ਜੋ ਹੁਣ ਪੈਦਾ ਹੋ ਰਿਹਾ ਅਤੇ ਉਹਨਾਂ ਦੀ ਜੀਨ 'ਚ ਵੀ ਉਹ ਮੋਬਾਈਲ ਦਾ, ਕੰਪਿਊਟਰ ਦਾ ਨੌਲੇਜ ਹੈ, ਇਹ ਦਿਖ ਰਿਹਾ ਸਭ ਵਿਜੀਬਲ ਹੈ। ਦੋਨੋਂ ਪੋਤਰਿਆਂ 'ਚ ਮੈਂ ਵਾਚ ਕੀਤਾ ਹੈਗਾ ਕਿ ਦੇ ਨੂੰ ਇੱਦਾਂ, ਸਾਰੇ ਬੱਚਿਆਂ ਦੇ ਘਰ 'ਚ ਇਹੀ ਦਿਖਾਉਂਦੇ ਨੇ ਕਿ ਉਹ ਆਪਣੇ ਬੈਠੇ ਹੋਏ ਜੀ ਬਿਜ਼ੀ ਹੈ। ਇੱਕ ਹੋਰ ਮੈਸੇਜ ਹੈ, ਮੈਂ ਐਕਚੁਅਲੀ ਤਿਆਰੀ ਨਹੀਂ ਕਰੀ ਹੋਈ ਸੀ ਇਸਦੀ, ਜਸਟ ਸੋ ਇੱਕ ਮੈਨੂੰ ਬਹੁਤ ਅੱਛਾ ਮੈਸੇਜ ਆਇਆ ਕਿ ਗੁਰੂ ਨਾਨਕ ਸਾਹਿਬ ਨੇ ਸਾਰੇ ਹੀ ਦੁਨੀਆ ਦਾ ਆਲਮੋਸਟ ਕੁਛ ਛੱਡ ਕੇ ਚੱਕਰ ਲਗਾ ਦਿੱਤਾ ਸੀਗਾ, ਔਰ ਸਾਰੇ ਜਗ੍ਹਾ ਉਹਨਾਂ ਦੀ ਮੰਨਤਾ ਹੋਈ ਸੀ, ਉਹਨਾਂ ਨੂੰ ਮੰਨਿਆ ਗਿਆ ਸੀ ਕਿ ਉਸ ਸਮੇਂ ਦੇ ਪੀਰ ਪੈਗੰਬਰ ਜੋ ਵੀ ਥੇ ਉਹ ਉਹਨਾਂ ਤੋਂ ਉੱਤੇ ਸੀ। ਤਾਂ ਮੈਂ ਇੱਕ ਨਾਮ ਲਾਂਗਾ ਡਿਫਰੈਂਟ ਕੰਟਰੀ ਦੇ ਵਿੱਚ ਕੀ ਹੈ, ਅਤੇ ਇਹ ਤੁਹਾਡੇ ਨੌਲੇਜ ਸ਼ੇਅਰ ਕਰ ਰਿਹਾ ਮੈਂ ਤੁਹਾਡੇ ਨਾਲ। ਤੋ ਜਿਹੜਾ ਸ਼੍ਰੀਲੰਕਾ 'ਚ ਉਹਨਾਂ ਨੂੰ ਕਹਿੰਦੇ ਨਾਨਕ ਆਚਾਰਿਆ, ਤਿੱਬਤ ਦੇ ਵਿੱਚ ਨਾਨਕ ਲਾਮਾ, ਔਰ ਇਨ ਸਿੱਕਮ ਅਤੇ ਭੂਟਾਨ 'ਚ ਰਿੰਪੇਚੀਆ, ਔਰ ਨੇਪਾਲ 'ਚ ਨਾਨਕ ਰਿਸ਼ੀ, ਬਗਦਾਦ ਦੇ ਵਿੱਚ ਨਾਨਕ ਪੀਰ, ਔਰ ਮੱਕਾ ਦੇ ਵਿੱਚ ਵਲੀ ਹਿੰਦ, ਔਰ ਮਿਸਰ ਦੇ ਵਿੱਚ ਨਾਨਕ ਵਲੀ, ਔਰ ਰਸ਼ੀਆ ਦੇ ਵਿੱਚ ਨਾਨਕ ਕਤੰਬਰ, ਔਰ ਇਰਾਕ 'ਚ ਬਾਬਾ ਨਾਨਕ, ਮਜਰ ਸ਼ਰੀਫ ਦੇ ਵਿੱਚ ਬਲਕਦਾਨ, ਪੀਰ ਬਲਕਦਾਨ, ਔਰ ਚਾਈਨਾ ਦੇ ਵਿੱਚ ਵੀ ਬਾਬਾ ਫੂਸਾ।
थैंक यू, मैं बहुत समझ लिया।